ਨਹੀਂ ਕੋਈ ਭੁਲੇਖਾ ਰਹਿ ਗਿਆ। ਤੇ ਮੈਂ ਪਾਤਰ ਵੀ ਕਹਿ ਰਹੇ ਭਾਈ ਸਿੰਘ ਤੇ ਬਿਮਾਰੀ ਤੇ ਮੈਂ ਕਹਾਣੀ ਬਣਾਈ ਹੈ ਤੁਸੀਂ। ਮੈਂ ਤੇ ਕੁਲਵਿੰਦਰ ਖੈਰ ਵਾਲੀ ਗੱਲ ਹੀ ਭੁਲਾ ਦਿੱਤੀ ਫਿਰ ਬਿਮਾਰੀ ਨੇ। ਚਲੋ ਖੈਰ ਕੋਈ ਨੀਗਾ, ਉਹ ਚੱਲਦਿਆਂ ਚੱਲਦਿਆਂ ਗੱਲ ਆ ਗਈ। ਤੇ ਮੈਂ ਗੱਲ ਕਰਦਾ ਸੀ ਕਿ ਕਹਾਣੀ ਦੀ ਗੱਲ ਸ਼ੁਰੂ ਹੋਈ ਇੱਥੇ, ਤੇ ਮੇਰੇ ਮਨ ਵਿੱਚ ਇੱਕ ਪਹਿਲੀ ਗੱਲ ਤੇ ਮੈਂ ਇਹ ਕਹਿੰਦਾ ਹਾਂ ਕਿ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਇੱਥੇ ਜਿਹੜੇ ਪੰਜਾਬੀ ਆਏ ਹੋਏ ਹਾਂ, ਮੈਂ ਇੱਕ ਸਫ਼ਰਨਾਮਾ ਲਿਖਿਆ ਸੀ ਜੋ 97 'ਚ ਮੈਂ ਆਇਆ, ਅਤੇ ਉਹਦਾ ਮੈਂ ਨਾਂ ਹੀ ਰੱਖਿਆ ਸੀ ਪਰਦੇਸੀ ਪੰਜਾਬ। ਪਰਦੇਸੀ ਪੰਜਾਬ ਇਸ ਕਰਕੇ ਕਹਿੰਦਾ ਹੈ ਕਿਉਂਕਿ ਸਾਡੀ ਕਹਾਣੀ ਜਿੱਥੇ ਅਸੀਂ ਕਹਿੰਦੇ ਨਾ ਅਲੀਟ ਦੇ ਨਾਲ ਅਸੀਂ ਇੰਟਰੈਕਸ਼ਨ ਸਾਡਾ ਜਿਹੜਾ ਉਹ ਬਿਆਨ ਨਹੀਂ ਹੋਇਆ ਲਿਟਰੇਚਰ ਦੇ ਵਿੱਚ, ਉੱਥੇ ਪ੍ਰਵਾਸੀ ਕਹਾਣੀ ਦੀ ਇੱਕ ਸੀਮਾ ਇਹ ਵੀ ਹੈਗੀ ਆ ਕਿ ਇਹ ਕਹਾਣੀ ਸਿਰਫ ਪ੍ਰਵਾਸ ਵਿੱਚ ਰਹਿੰਦੇ ਹੋਏ ਪੰਜਾਬੀਆਂ ਦੀ ਆ। ਇਸੇ ਕਰ ਅਸੀਂ ਇੱਕ ਆਪਣੇ ਪੰਜਾਬ ਵਸਾਏ ਹੋਏ ਨੇ ਇੱਥੇ ਆ ਕੇ, ਅਸੀਂ ਇਸ ਪੰਜਾਬ ਵਿੱਚੋਂ ਬਹੁਤ ਘੱਟ ਬਾਹਰ ਨਿਕਲਦੇ ਆ। ਜਿਹੜਾ ਇੱਥੋਂ ਦਾ ਮੁੱਖ ਸੱਭਿਆਚਾਰ ਆ ਨਾ, ਉਹਦੇ ਨਾਲ ਜਿਸ ਤਰ੍ਹਾਂ ਦਾ ਗਹਿ ਗੱਚ ਇੰਟਰੈਕਸ਼ਨ ਸਾਡਾ ਹੋਣਾ ਚਾਹੀਦਾ ਹੈ ਔਰ ਉਹਦੇ ਵਿੱਚੋਂ ਜਿਸ ਤਰ੍ਹਾਂ ਦਾ ਲਿਟਰੇਚਰ ਨਿਕਲਣਾ ਚਾਹੀਦਾ ਆ, ਉਹ ਅਜੇ ਨਹੀਂ ਆਇਆ। ਅਲੀਟ ਵਾਲਾ ਤਾਂ ਸ਼ਾਇਦ ਨਾ ਆਵੇ, ਪਰ ਇਹ ਆ ਸਕਦਾ ਹੈ ਔਰ ਇਹ ਆਉਣਾ ਚਾਹੀਦਾ ਹੈ ਕਿ ਸਾਡੀ ਲੋੜ ਵੀ ਹੈ, ਮੰਗ ਵੀ ਹੈਗੀ ਹੈ। ਪਰ ਜਿਹੜਾ ਅਸੀਂ ਦੂਜਾ ਲਿਟਰੇਚਰ ਲਿਖਦੇ ਪਏ ਹਾਂ, ਕਹਾਣੀ ਲਿਖਦੇ ਪਏ ਹਾਂ, ਨਾਵਲ ਲਿਖਦੇ ਪਏ ਹਾਂ, ਕਵਿਤਾ ਲਿਖਦੇ ਪਏ ਹਾਂ, ਉਹਦੇ ਬਾਰੇ ਕਈ ਐਵੇਂ ਮੇਰੇ ਨਾ ਅਕਾਦਮਿਕ ਜਿਹਾ ਸਵਾਲ ਮੇਰੇ ਮਨ ਵਿੱਚ ਆ ਜਾਂਦਾ। ਮੈਂ ਪੰਜਾਬੀ ਯੂਨੀਵਰਸਿਟੀ 'ਚ ਵੀ ਬੋਲਦਿਆਂ ਇਹ ਗੱਲ ਕੀਤੀ ਸੀਗੀ ਵੀ ਅਸੀਂ ਜਦੋਂ ਕਹਿੰਦੇ ਹਾਂ ਅਮਰੀਕੀ ਪੰਜਾਬੀ ਕਹਾਣੀ, ਕੈਨੇਡੀਅਨ ਪੰਜਾਬੀ ਕਹਾਣੀ, ਅਮਰੀਕਨ ਪੰਜਾਬੀ ਕਵਿਤਾ, ਕੈਨੇਡੀਅਨ ਪੰਜਾਬੀ ਕਵਿਤਾ ਜਾਂ ਬਰਤਾਨਵੀ ਪੰਜਾਬੀ ਕਹਾਣੀ, ਤਾਂ ਮੈਨੂੰ ਲੱਗਦਾ ਵੀ ਅਸੀਂ ਕਿਹੜੇ ਆਧਾਰ ਉੱਤੇ ਕਹਿੰਦੇ ਹਾਂ ਕਿ ਇਸ ਕਰਕੇ ਕਹਿੰਦੇ ਹਾਂ ਕਿ ਕੈਨੇਡਾ ਜਾਂ ਅਮਰੀਕਾ ਵਿੱਚ ਰਹਿ ਰਿਹਾ ਕੋਈ ਬੰਦਾ ਲਿਖਦਾ ਪਿਆ ਹੈ ਕਹਾਣੀ ਜਾਂ ਕਵਿਤਾ, ਤੇ ਇਸ ਕਰਕੇ ਉਹ ਅਮਰੀਕਾ ਵਾਲਾ ਲਿਖਦਾ ਪਿਆ ਤੇ ਅਮਰੀਕੀ ਹੋ ਗਈ, ਕੈਨੇਡਾ ਵਾਲਾ ਲਿਖਦਾ ਪਿਆ ਤੇ ਕੈਨੇਡੀਅਨ ਹੋ ਗਈ, ਤੇ ਲੇਖ ਭਾਵੇਂ ਉਹ ਰਿਹਾ ਆ। ਬਹੁਤ ਸਾਰੀਆਂ ਕਹਾਣੀਆਂ ਆਪਾਂ ਜਾਣਦੇ ਕਿ ਬੰਦਾ ਰਹੇ ਇੱਥੇ ਰਿਹਾ ਆ, ਤੇ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਜਿਹਦੇ ਤੋਂ ਲੋਕੇਲ ਵੀ ਇੰਡੀਆ ਪੰਜਾਬ ਆ, ਉੱਥੋਂ ਦੇ ਸਾਰੇ ਰਿਸ਼ਤੇਦਾਰ ਤੇ ਇੱਕ ਨਰੋਲ ਪੰਜਾਬੀ ਰਹਿੰਦਲ ਦੀ ਕਹਾਣੀ ਹੁੰਦੀ ਹੈ, ਉਹਦੇ ਵਿੱਚ ਅਮਰੀਕਾ ਵਾਲਾ ਕੁਛ ਨਹੀਂ ਹੁੰਦਾ। ਕੀ ਉਸ ਕਹਾਣੀ ਨੂੰ ਤੁਸੀਂ ਅਮਰੀਕੀ ਪੰਜਾਬੀ ਕਹਾਣੀ 'ਚ ਸ਼ਾਮਿਲ ਕਰੋਗੇ ਇਸ ਕਰਕੇ ਕਿ ਉਹ ਅਮਰੀਕਾ ਵਿੱਚ ਰਹਿ ਰਹੇ ਬੰਦੇ ਦੁਆਰਾ ਲਿਖੀ ਗਈ ਹੈ? ਜਾਂ ਫਿਰ ਅਸੀਂ ਇੱਕ ਪਛਾਣ ਚਿੰਨ ਇਹ ਨਿਸ਼ਚਿਤ ਕਰਦੇ ਹਾਂ ਕਿ ਜਿਹੜਾ ਬੰਦਾ ਅਮਰੀਕਾ ਵਿੱਚ ਰਹਿ ਰਿਹਾ ਹੋਵੇ ਤੇ ਅਮਰੀਕੀ ਪੰਜਾਬੀ ਲੋਕਾਂ ਦੇ ਸੰਕਟਾਂ ਔਰ ਸਰੋਕਾਰਾਂ ਨੂੰ ਆਪਣੀ ਕਹਾਣੀ ਵਿੱਚ ਜ਼ਬਾਨ ਦੇ ਰਿਹਾ ਹੋਵੇ, ਬੇਸ਼ੱਕ ਉਹਦਾ ਇੰਟਰੈਕਸ਼ਨ ਜਿਹੜਾ ਹੈ ਪਿੱਛੇ ਪੰਜਾਬ ਦੇ ਨਾਲ ਵੀ ਹੋਵੇ, ਉੱਧਰ ਦੇ ਰਿਸ਼ਤੇ ਦੇ ਤਣਾਓ ਦੀ ਗੱਲ ਵੀ ਹੋਵੇ, ਤੇ ਆਮ ਤੌਰ ਤੇ ਇਹ ਕਿਹਾ ਜਾਂਦਾ ਜੀ ਜਿਹਦੇ ਵਿੱਚ ਇਹ ਗੱਲ ਹੋਵੇ ਅਸਲ ਵਿੱਚ ਉਹ ਅਮਰੀਕੀ ਜਾਂ ਕੈਨੇਡੀਅਨ ਪੰਜਾਬੀ ਕਹਾਣੀ ਬਣਦੀ ਆ।
ਅਜਮੇਰ ਸਿੱਧੂ ਸਿਰ ਹਿਲਾ ਕੇ ਪ੍ਰਵਾਨਗੀ ਦੇ ਰਿਹਾ, ਹਾਂ ਵੀ ਉਸੇ ਨੂੰ ਹੀ ਕਹਿੰਦੇ ਨੇ ਅਮਰੀਕੀ ਪੰਜਾਬੀ ਬਹਾਨੇ। ਪਰ ਮੇਰਾ ਅਗਲਾ ਸਵਾਲ ਇਹ ਬਣਦਾ ਹੈ ਕਿ ਪ੍ਰਵਾਸੀ ਕਹਾਣੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਜੇ ਸ਼ੁਰੂ ਤੋਂ ਲੈ ਕੇ ਅੱਗੇ ਤੱਕ ਕਰ ਲਓ ਤੁਸੀਂ, ਪਹਿਲਾਂ ਹੇਰਵੇ ਦੀ ਕਹਾਣੀ ਸੀ, ਅਜਮੇਰ ਨੇ ਕਿਹਾ ਕਿ ਹੇਰਵੇ ਦੀ ਕਹਾਣੀ ਜਿਹੜੀ ਆ ਉਹ ਬਹੁਤ ਹੀ ਇੰਗਲੈਂਡ ਵਾਲਿਆਂ ਨੇ ਲਿਖੀ, ਇੱਥੇ ਘੱਟ ਲਿਖੀ, ਇੱਥੋਂ ਇਹਨਾਂ ਨੇ ਗੱਲ ਸਿੱਧਾ ਹੀ ਅਗਲੇ ਮਸਲਿਆਂ ਦੇ ਗਲਬਿਆਂ ਨੂੰ ਹੱਥ ਪਾ ਲਿਆ, ਇਹ ਇਹਨਾਂ ਦੀ ਪ੍ਰਾਪਤੀ ਆ, ਵੀ ਇਹਨਾਂ ਨੇ ਉਹ ਗੱਲ ਛੱਡ ਦਿੱਤੀ। ਚਲੋ ਇਹ ਤਾਂ ਪੜਾਅ ਦੀ ਗੱਲ ਹੈਗੀ ਨਾ, ਪਹਿਲਾਂ ਹੋ ਗਈ ਹੇਰਵੇ ਦੀ ਕਹਾਣੀ, ਫਿਰ ਹੋ ਗਈ ਨਸਲੀ ਵਿਤਕਰੇ ਦੀ ਕਹਾਣੀ, ਫਿਰ ਹੋ ਗਈ ਜਨਰੇਸ਼ਨ ਗੈਪ ਦੀ ਕਹਾਣੀ, ਫਿਰ ਹੋ ਗਿਆ ਕਲਚਰਲ ਜਿਹੜਾ ਟਕਰਾਓ ਆ, ਜਿਹੜਾ ਤਣਾਓ ਆ ਸੱਭਿਆਚਾਰਾਂ ਦਾ, ਉਹਦੀ ਕਹਾਣੀ, ਔਰ ਜਨਰੇਸ਼ਨ ਗੈਪ ਤੋਂ ਕਲਚਰਲ ਟਕਰਾਓ ਤੋਂ ਅੱਗੇ ਚੱਲ ਕੇ ਇੱਕ ਹੈਗਾ ਆ ਜਿਹਦੇ ਵਿੱਚ ਸੱਭਿਆਚਾਰਕ ਅਨੁਕੂਲਣ ਦੀ ਕਹਾਣੀ, ਕਿ ਅਸੀਂ ਇੱਕ ਆਪਣੀਆਂ ਕਦਰਾਂ ਕੀਮਤਾਂ ਉੱਥੋਂ ਲੈ ਕੇ ਆਏ ਹਾਂ, ਪਰ ਇੱਥੋਂ ਦੇ ਜੀਵਨ ਵਿਹਾਰ ਜੀਵਨ ਸ਼ੈਲੀ ਦੀਆਂ ਇੱਕ ਆਪਣੀਆਂ ਲੋੜਾਂ ਨੇ, ਆਪਣੇ ਮੁੱਲ ਨੇ, ਆਪਣੀਆਂ ਕਦਰਾਂ ਨੇ, ਅਸੀਂ ਉਹ ਜੋ ਕੁਝ ਪਿੱਛੋਂ ਲੈ ਕੇ ਆਏ ਹਾਂ ਉਹ ਪੂਰੇ ਦਾ ਪੂਰਾ ਇੱਥੇ ਦੇ ਜੀਵਨ ਮੁੱਲਾਂ ਦੇ ਨਾਲ ਉਹ ਸਹਿਜ ਰੂਪ ਵਿੱਚ ਉਹਦਾ ਰਾਬਤਾ ਨਹੀਂ ਬਣਦਾ, ਸਾਨੂੰ ਆਪਣੇ ਉਹਨਾਂ ਮੁੱਲਾਂ ਵਿੱਚੋਂ ਬਹੁਤ ਕੁਛ ਨੂੰ ਝਾੜਨਾ ਪੈਣਾ ਹੈ ਹੌਲੀ ਹੌਲੀ, ਤੇ ਨਵੇਂ ਦੇ ਨਾਲ ਆਪਣੇ ਆਪ ਨੂੰ ਥੋੜਾ ਥੋੜਾ ਜੋੜਨਾ ਪੈਣਾ। ਇੱਕ ਇਹ ਸਥਿਤੀ ਹੈਗੀ ਜਿਹਨੂੰ ਅਸੀਂ ਸੱਭਿਆਚਾਰਕ ਅਨੁਕੂਲਣ ਦੀ ਸਥਿਤੀ ਆਖਦੇ ਹਾਂ। ਹੁਣ ਮੇਰਾ ਸਵਾਲ ਇਹ ਹੈਗਾ ਆ ਕਿ ਇਹ ਗੱਲ ਤਾਂ ਇਹ ਸਾਰੀਆਂ ਗੱਲਾਂ ਬਰਤਾਨਵੀ ਪੰਜਾਬੀ ਪ੍ਰਵਾਸੀ ਕਹਾਣੀ 'ਚ ਵੀ ਹੈਗੀਆਂ ਨੇ, ਕੈਨੇਡੀਅਨ ਪ੍ਰਵਾਸੀ ਪੰਜਾਬੀ ਕਹਾਣੀ 'ਚ ਵੀ ਹੈਗੀਆਂ ਨੇ, ਅਮਰੀਕਨ ਪੰਜਾਬੀ ਪ੍ਰਵਾਸੀ ਕਹਾਣੀ 'ਚ ਵੀ ਹੈਗੀਆਂ ਨੇ, ਤੇ ਖਾਸ ਤੌਰ 'ਤੇ ਕੈਨੇਡਾ ਅਤੇ ਅਮਰੀਕਾ ਦਾ ਭੂਗੋਲ, ਰਾਜਨੀਤੀ ਮਸਲੇ, ਹੋਰ ਸਾਰਾ ਕੁਛ, ਮੌਸਮ ਸਾਰਾ ਕੁਛ ਸਾਂਝਾ, ਤਾਂ ਕੀ ਅਮਰੀਕੀ ਕਹਾਣੀ ਸਿਰਫ ਇਸ ਕਰਕੇ ਅਮਰੀਕੀ ਹੋ ਜਾਵੇ ਵੀ ਇਹਦੇ ਵਿੱਚ ਨਿਊਯਾਰਕ ਦਾ ਜ਼ਿਕਰ ਹੋ ਰਿਹਾ ਹੈ, ਜਾਂ ਇਹਦੇ ਵਿੱਚ ਫਰਿਜ਼ਨੋ ਅਤੇ ਕੈਲੀਫੋਰਨੀਆ ਦੇ ਖੇਤਾਂ ਦਾ ਜ਼ਿਕਰ ਹੋ ਰਿਹਾ, ਮਸਲਾ ਬੁਨਿਆਦੀ ਤਾਂ ਉਹੋ ਹੀ ਨੇ ਦੂਜੇ, ਪਰ ਇਹ ਜਿਹੜੇ ਜ਼ਾਹਰਾ ਬਾਹਰਲੇ ਚਿੰਨ ਨੇ ਜਿਹੜੇ ਉਹਨਾਂ ਦੇ ਆਧਾਰ ਉੱਤੇ ਅਸੀਂ ਉਹਨੂੰ ਅਮਰੀਕੀ ਪੰਜਾਬੀ ਕਹਾਣੀ ਆਖਦੇ ਨਾ, ਇਹ ਤਾਂ ਅਕੈਡਮਿਕ ਸਵਾਲ। ਇਹਦੇ ਨਾਲ ਤੁਸੀਂ ਵੀ ਨਜਿੱਠੋ, ਅਜਮੇਰ ਸਿੱਧੂ ਵੀ ਨਜਿੱਠੇ, ਮੇਰਾ ਤਾਂ ਕਈ ਵਾਰ ਜੀ ਕਰਦਾ ਘੱਟੋ ਘੱਟ ਤੁਹਾਨੂੰ ਸਾਡਾ ਕੈਨੇਡਾ ਵੀ ਅਮਰੀਕਾ ਹੈਗਾ ਆ ਨਾ, ਇਸ ਕਹਾਣੀ ਨੂੰ ਉਤਰੀ ਅਮਰੀਕਾ ਦੀ ਪੰਜਾਬੀ ਕਹਾਣੀ ਕਹਿ ਲਓ, ਇਹ ਜ਼ਿਆਦਾ ਵਾਜਬ ਹੋਊਗਾ। ਅਮਰੀਕਾ ਅਤੇ ਕੈਨੇਡਾ ਵਾਲਾ ਭਾਈਚਾਰਾ ਵੱਖ ਵੱਖ ਨਾ ਕਰੋ ਤੁਸੀਂ, ਪਰ ਕਿਉਂਕਿ ਸਿਆਪਾ ਤੇ ਵੀ ਹੈਗਾ ਨਾ ਕਿ ਲਿਟਰੇਚਰ ਦੇ ਵਿੱਚ ਜਦੋਂ ਆਪਣੀ ਪਛਾਣ ਕਰਾਉਣੀ ਹੁੰਦੀ ਹੈ ਤਾਂ ਜ਼ਰੂਰੀ ਆ ਕਿ ਆਪਣੇ ਆਪ ਨੂੰ ਥੋੜ੍ਹਾ ਜਿਹਾ ਵੱਖਰਾ ਬਣਾ ਕੇ ਦੱਸੀਏ ਅਤੇ ਦਿਸੀਏ, ਅਤੇ ਸ਼ਾਇਦ ਉਸ ਲੋੜ ਜਾਂ ਮਜ਼ਬੂਤੀ ਵਿੱਚੋਂ ਇਹ ਗੱਲ ਨਿਕਲਦੀ ਹੋਵੇ। ਪਹਿਲਾਂ ਅਮਰੀਕੀ ਪੰਜਾਬੀ ਕਹਾਣੀ ਦਾ ਜ਼ਿਕਰ ਨਹੀਂ ਸੀ ਹੈਗਾ, ਇਹ ਪੰਜਾਂ ਸੱਤਾਂ ਸਾਲਾਂ ਤੋਂ ਤੁਸੀਂ ਵੀ ਸੋਚਿਆ ਭਾਈ ਵੀ ਅਸੀਂ ਕਹਿੰਦੀ ਨੂੰਹ ਦੀ ਨਾਲੋਂ ਘੱਟ ਹੈਗੀ ਆ, ਹੈ ਅਸੀਂ ਵੀ ਅਮਰੀਕੀ ਪੰਜਾਬੀ ਕਹਾਣੀ, ਅਤੇ ਉਹ ਤੁਸੀਂ ਹੌਲੀ ਹੌਲੀ ਭਾਈ ਬਣਾ ਲੈਣੀ ਆ ਅਤੇ ਬਣਾ ਲਈ ਆ। ਕਿਆਰੇ ਪਾਉਣੇ ਪੈਂਦੇ ਆ, ਤਾਂ ਠੀਕ ਹੈ, ਕਿਆਰੇ ਨੂੰ ਪਾਣੀ ਦੇਣ ਵਾਸਤੇ ਅੱਜ ਇਹ ਕਾਨਫਰੰਸ ਰੋਲ ਅਦਾ ਕਰਦੀ ਪਈ ਆ ਕਿ ਅਮਰੀਕੀ ਪੰਜਾਬੀ ਕਹਾਣੀ, ਅਮਰੀਕੀ ਪੰਜਾਬੀ ਕਵਿਤਾ ਜਿਹੜੀ ਆ ਨਾ
ਉਹਨਾਂ ਦੇ ਕਿਆਰਿਆਂ ਨੂੰ ਪਾਣੀ ਦੇ ਕੇ ਤੇ ਉਹਨਾਂ ਦੇ ਲੇਖਕਾਂ ਨੂੰ ਹੋਰ ਉਤਸ਼ਾਹ ਦੇ ਕੇ ਤੇ ਭਰਪੂਰ ਫਸਲ ਇੱਥੇ ਉੱਗੇ, ਮੇਰੀ ਦੁਆ ਇਸ ਗੱਲ ਦੀ। ਖੈਰ ਮੈਂ ਉਹ ਅਕਾਦਮਿਕ ਇੱਕ ਸਵਾਲ ਕੀਤਾ, ਇਹਦੇ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਹੁਣ ਮੈਨੂੰ ਦੱਸ ਲਾ 45 ਮਿੰਟਾਂ 'ਚ ਮੇਰੇ ਟਾਈਮ ਮਿੰਟ ਕਿੰਨੇ ਲੈਂਦੇ ਆ? ਪਾਤਰ ਸਾਹਿਬ ਬੜੇ ਮਿਹਰਬਾਨ ਨੇ, ਪਾਤਰ ਸਾਹਿਬ ਬੜੇ ਮਿਹਰਬਾਨ ਨੇ। ਅਸੀਂ ਅਗਲੀ ਗੱਲ ਮੈਂ ਇੱਕ ਥੋੜੀ ਜਿਹੀ ਹੋਰ ਕਰਨੀ, ਜਿਹਦੇ ਕਰਕੇ ਮੈਂ ਅਮਰੀਕਨ ਤੇ ਕੈਨੇਡੀਅਨ ਕਹਾਣੀਕਾਰਾਂ ਨੂੰ ਸ਼ਾਬਾਸ਼ ਦੇਣੀ ਕਿ ਇਹ ਉਸ ਬਿਮਾਰੀ ਦੇ ਸ਼ਿਕਾਰ ਨਹੀਂ ਹੋਏ ਜਿਸ ਬਿਮਾਰੀ ਦੀ ਸ਼ਿਕਾਰ ਸਾਡੀ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਜਿਹੜੀ ਹੈ ਉਹ ਹੋ ਚੁੱਕੀ ਸੀ, ਤੇ ਪਰ ਹੁਣ ਥੋੜ੍ਹਾ ਥੋੜ੍ਹਾ ਮੁੜਾ ਪੈਣਾ ਸ਼ੁਰੂ ਹੋ ਗਿਆ। ਮੈਂ ਉਹਦੇ ਬਾਰੇ ਪਿਛਲੇ 2-3 ਸਾਲ ਤੋਂ ਬੜੀ ਮਜਬੂਰੀ ਵਿੱਚੋਂ ਪਰ ਬੜੀ ਬੁਲੰਦ ਆਵਾਜ਼ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਹੈ। ਅਜਮੇਰ ਸਿੱਧੂ ਨੇ ਬੜੀ ਵਾਜਬ ਗੱਲ ਕੀਤੀ ਸੀ, ਆਪਾਂ ਸਾਰੇ ਜਾਣਦੇ ਹਾਂ ਕਿ ਰੂਸ ਦੇ ਟੁੱਟਣ ਤੋਂ ਬਾਅਦ ਜਿਹੜਾ ਪ੍ਰਗਤੀਵਾਦੀ ਲਹਿਰ ਸੀ, ਪ੍ਰਗਤੀਵਾਦੀ ਸੋਚ ਸੀ, ਉਹਨੂੰ ਬਹੁਤ ਵੱਡੀ ਢਾਹ ਲੱਗੀ। ਇੱਕ ਧਰੂਵੀ ਸੰਸਾਰ ਹੋ ਜਾਣ ਦੇ ਨਾਲ ਜਿਹੜਾ ਸਾਡਾ ਲੇਖਕ ਸੀ, ਜਿਹੜਾ ਉਹਦੇ ਕੋਲ ਅੱਗੇ ਇੱਕ ਸੁਪਨਾ ਸੀ ਇੱਕ ਨਵੇਂ ਸਮਾਜ ਦੇ ਸਿਰਜਣ ਦਾ, ਉਹ ਤਹਿਸ਼ ਨਹਿਸ਼ ਹੋ ਗਿਆ, ਉਹ ਧੁੰਦੂਕਾਰੇ ਵਿੱਚ ਫਸ ਗਿਆ। ਔਰ ਉਹਦੇ ਨਾਲ ਕੀ ਹੋਇਆ ਕਿ ਜਿਹੜੀਆਂ ਕਦਰਾਂ ਕੀਮਤਾਂ ਸਨ ਜਿਹੜੇ